got you off of my mind. Are you still thinking about me all the time? Come through and ask me out tonight. Call me, I'm waiting on the other line. I'll be ਪਹਿਲੀ ਵਾਰੀ ਅਮਰੀਕਾ ਜਾ ਰਿਹਾ ਮੈਂ ਪਹਿਲੀ ਗਿਆ ਇੱਕ ਵਾਰੀ ਬਟ ਉਹ ਤਾਂ ਐਵੇਂ ਸੀਗਾ ਬਸ ਜਸਟ ਬਾਰਡਰ ਕ੍ਰੋਸ ਕਰਕੇ ਆ ਗਏ ਅਤੇ ਅਫੀਸ਼ੀਅਲੀ ਹੁਣ ਜਾ ਰਹੇ ਹਾਂ ਅਮਰੀਕਾ 2 ਸਾਲ ਹੋ ਗਏ ਵੀਜ਼ੇ ਲੱਗੇ ਨੂੰ ਮੈਂ ਵੀ ਦੇਖਾਂ ਮੈਂ ਕਿਹਾ 2 ਸਾਲ ਹੋ ਗਏ ਹਾਲੇ ਤੱਕ ਅਸੀਂ ਅਮਰੀਕਾ ਨਹੀਂ ਗਿਆ ਅਤੇ ਇੰਡੀਆ ਬੈਠੇ ਲੋਕ ਤਰਸਦੇ ਪਏ ਆ ਅਮਰੀਕਾ ਜਾਣ ਨੂੰ ਇੱਕਦਮ ਹੀ ਪਲੈਨ ਬਣ ਗਿਆ ਕੋਈ ਆਪਣਾ ਇਹਨੇ ਅਸੀਂ ਪਲੈਨ ਜਾਣਦੇ ਹਾਂ ਹੁਣ ਅਸੀਂ ਨਿਕਲਣਾ ਘਰੋਂ ਇਹ ਰਾਤ ਦੇ 12 ਵਜੇ ਦੀ ਬੱਸ ਆ ਮੇਰੀ ਅਤੇ ਸਵੇਰੇ ਉਹਨੇ ਕੱਲ੍ਹ ਦੁਪਹਿਰੇ 12 ਵਜੇ ਪਹੁੰਚਾਉਣਾ ਪੂਰੇ 12 ਘੰਟੇ ਦਾ ਸਫ਼ਰ ਆ ਟੋਰੋਂਟੋ ਟੂ ਨਿਊਯੋਰਕ ਅਤੇ ਟਿਕਟ ਦੇ ਪ੍ਰਾਈਸਿਸ ਨਾ ਇਹ ਬਦਲਦੇ ਰਹਿੰਦੇ ਆ ਦਿਨਾਂ ਦੇ ਹਿਸਾਬ ਨਾਲ ਕਿਸੇ ਵੇਲੇ $40 ਦੀ ਕਿਸੇ 50 ਦੀ 60 ਦੀ ਅਤੇ ਮੇਰੇ ਦੋਨੋਂ ਸਾਈਡਾਂ 'ਤੇ ਟਿਕਟ ਹੋਈ ਆ ਆਲਮੋਸਟ $80 ਦੀ ਆ $80 ਦੀ ਆਉਣ ਜਾਣ ਦੀ ਟਿਕਟ ਹੋਈ ਆ ਸੋਮਵਾਰ ਸਵੇਰੇ ਆਪਣੀ ਵਾਪਸੀ ਆ ਅਤੇ ਅੱਜ ਹੈਗਾ ਆ ਦਿਨ ਵੀਰਵਾਰ ਅੱਜ ਵੀਰਵਾਰ ਰਾਤ ਨੂੰ ਜਾ ਰਹੇ ਹਾਂ ਵੀਰਵਾਰ ਹੀ ਆ ਨਾ ਹਾਂ ਵੀਰਵਾਰ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਚੀਜ਼ ਅਮੈਰੀਕਾ ਵੀ ਜਾਣਾ ਨਾ ਪਾਸਪੋਰਟ ਜ਼ਰੂਰ ਰੱਖ ਲਓ ਨਹੀਂ ਤਾਂ ਅਮੈਰੀਕਾ ਚੱਲਣਾ ਇੱਦਾਂ ਲੱਗ ਰਿਹਾ ਮੈਨੂੰ ਤਾਂ ਕੀ ਬਸ ਆਹ ਲੋਕਲੀ ਚੱਲਾਂ ਕਿਤੇ ਪਰ ਉਹਨਾਂ ਨੇ ਪਾਸਪੋਰਟ ਤੋਂ ਬਿਨਾਂ ਮੈਨੂੰ ਐਂਟਰੀ ਨਹੀਂ ਕਰਨ ਦੇਣੀ ਅੰਦਰ ਵੀਜ਼ਾ ਤਾਂ ਦੇਖਣਾ ਹੀ ਦੇਖਣਾ ਉਹਨਾਂ ਨੇ ਅਮੈਰੀਕਾ ਦਾ ਭਾਈ 9:45 ਹੋ ਗਿਆ ਰਾਤ ਦੇ ਅਤੇ ਮੈਂ ਹੁਣ ਨਿਕਲਣ ਲੱਗਾ ਘਰੋਂ ਅਤੇ ਹੁਣ ਬਰੈਂਪਟਨ ਤੋਂ ਜਾਵਾਂਗੇ ਅਸੀਂ ਸਿੱਧੇ ਟੋਰੋਂਟੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਜਾ ਰਿਹਾ ਹਾਂ ਅਮੈਰੀਕਾ ਅਤੇ ਮੇਰੇ ਕੋਲ ਵੋਲਟ ਤੱਕ ਨਹੀਂ ਹੈਗਾ ਮੇਰਾ ਵੋਲਟ ਕਿਸੇ ਦੀ ਗੱਡੀ 'ਚ ਰਹਿ ਗਿਆ ਸੀ ਅਤੇ ਹੈ ਨਹੀਂ ਹੁਣ ਮੇਰੇ ਤੋਂ ਅਤੇ ਹੁਣ ਫਿਰ ਦੂਜੀ ਗੱਲ ਫਿਰ ਹੁਣ ਬਰੈਂਪਟਨ ਗੇਟਵੇ ਟਰਮੀਨਲ 'ਤੇ ਆਇਆ ਅਤੇ ਇੱਥੇ ਚਾਹੀਦਾ ਹੁਣ ਤਾਂ ਪ੍ਰੈਸਟੋ ਜੇ ਅਸੀਂ ਜਾਣਾ ਤਾਂ ਕਿਤੇ ਫਿਰ ਪ੍ਰੈਸਟੋ ਵੀ ਇੱਥੇ ਆ ਕੇ ਮੈਂ ਨਵਾਂ ਬਾਏ ਕੀਤਾ ਹੁਣ ਰਾਤ ਦੇ 9 ਵਜੇ ਆ ਅਤੇ ਇੱਥੋਂ ਲੈਣੀ 103 ਇਹਨੇ ਲਾਉਣਾ ਸਾਨੂੰ ਪੋਰਟ ਕ੍ਰੈਡਿਟ ਅਤੇ ਪੋਰਟ ਕ੍ਰੈਡਿਟ ਤੋਂ ਫਿਰ ਟ੍ਰੇਨ ਲਵਾਂਗੇ ਅਤੇ ਪ੍ਰੈਸਟੋ 'ਚ ਕੁਛ ਅਰਾਊਂਡ $3 ਲੱਗਣੇ ਪੋਰਟ ਕ੍ਰੈਡਿਟ ਤੱਕ ਅਤੇ ਉਸ ਤੋਂ ਅੱਗੇ ਦੇਖਦੇ ਕਿੰਨੇ ਲੱਗਦੇ ਆ ਪਹਿਲਾਂ ਤਾਂ ਅਸੀਂ ਬੱਸ 'ਚ ਵੀ ਪ੍ਰੈਸਟੋ ਟੈਪ ਕੀਤਾ $3 ਲੱਗੇ ਸੀ ਅਤੇ ਹੁਣ ਫਿਰ ਤੋਂ ਇੱਥੇ ਟੈਪ ਕਰਨਾ ਪ੍ਰੈਸਟੋ ਹੁਣ ਇੱਥੇ ਫਿਰ ਤੋਂ ਟੈਪ ਕਰਨਾ ਪੈਣਾ ਸਾਨੂੰ ਪ੍ਰੈਸਟੋ ਅਤੇ ਸਾਡੇ ਕਿੰਨੇ $4.5 ਕੱਟ ਹੋ ਗਏ ਅਤੇ ਹੁਣ ਅਸੀਂ ਜਾਣਾ ਟ੍ਰੇਨ ਦੇ ਵਿੱਚ 1 ਘੰਟਾ ਹੋ ਗਿਆ ਸਾਨੂੰ ਇੱਥੇ ਪਹੁੰਚਣ ਨੂੰ ਲੱਗ ਗਿਆ ਅਤੇ ਹੁਣ ਅੱਗੇ ਲੱਗਣਾ ਸਾਨੂੰ 1/2 ਘੰਟਾ ਹੋ ਗਿਆ ਯੂਨੀਅਨ ਸਟੇਸ਼ਨ ਪਹੁੰਚਣ ਨੂੰ ਬਟ ਮੈਂ ਪਹਿਲਾਂ ਪੈਂਟ ਪਾਈ ਸੀ ਮੈਂ ਹੁਣ ਪਜਾਮਾ ਪਾਇਆ ਚੇਂਜ ਕਰਕੇ ਮੈਂ ਕਿਹਾ ਮੇਰੇ ਤੋਂ 1 ਘੰਟਾ ਨਹੀਂ ਬੈਠ ਰਿਹਾ ਅਤੇ ਫਿਰ ਬਾਅਦ ਵਿੱਚ 12 ਘੰਟੇ ਕਿੱਦਾਂ ਕੱਢਣੇ ਆ ਹੁਣ ਇੱਥੋਂ ਅਸੀਂ ਲੈਣੀ ਆ ਟ੍ਰੇਨ ਰੇਲਵੇ ਸਟੇਸ਼ਨ ਕੈਨੇਡਾ ਦਾ ਆਹ ਹੈਗੀ ਆ ਕੈਨੇਡਾ ਦੀਆਂ ਟ੍ਰੇਨਾਂ ਡਬਲ ਡੈਕ ਟ੍ਰੇਨਸ ਹੁੰਦੀਆਂ ਇੱਥੇ ਗੋ ਟ੍ਰੇਨ ਜਿਹੜੀ ਹੁੰਦੀ ਹੈ ਨਾ ਅਤੇ ਆਹ ਦੇਖੋ ਇੱਕ ਡੈਕੇ ਦਾ ਨੀਚੇ ਬਣਿਆ ਹੋਇਆ ਇੱਕ ਡੈਕੇ ਦਾ ਉੱਪਰ ਬਣਿਆ ਹੋਇਆ ਅਤੇ ਆਪਣੀ ਟ੍ਰੇਨ ਆ ਗਈ ਅਤੇ ਮੇਰਾ ਆਹ ਬੈਗ ਅੰਦਰ ਹੀ ਪਿਆ ਆ ਗੋ ਟ੍ਰੇਨਸ ਕੈਨੇਡਾ ਦੀਆਂ ਅਤੇ ਆਹ ਦੇਖੋ ਆਹ ਸਾਰੀਆਂ ਸੀਟਸ ਲੱਗੀਆਂ ਹੋਈਆਂ ਅਤੇ ਉਹ ਵਾਸ਼ਰੂਮਸ ਵੀ ਹੈਗੇ ਉਹ ਸਾਹਮਣੇ ਅਤੇ ਮਤਲਬ ਬਹੁਤ ਸੋਹਣੀਆਂ ਟ੍ਰੇਨਸ ਨੇ ਅਤੇ ਡਬਲ ਡੈਕ ਟ੍ਰੇਨਸ ਹੁੰਦੀਆਂ ਇੱਥੇ ਡਬਲ ਵੀ ਨਹੀਂ ਕਹਿ ਸਕਦੇ ਟ੍ਰਿਪਲ ਡੈਕਸ ਹੀ ਹੁੰਦੀਆਂ ਕਹਾ ਆ ਇੱਕ ਇਹਦੇ ਉੱਪਰ ਇੱਕ ਹੋਰ ਡੈਕ ਹੁੰਦਾ ਆ ਟ੍ਰੇਨ ਦੇ ਵਿੱਚ ਬੈਠਾ ਪਿਆ ਹੁਣ ਮੈਂ ਕੁਛ ਇੱਥੋਂ ਆਲਮੋਸਟ 10 ਕੁ ਮਿੰਟ ਦਾ ਹੋਰ ਰਸਤਾ ਰਹਿ ਗਿਆ ਅਤੇ ਫਿਰ ਪਹੁੰਚ ਜਾਣਾ ਯੂਨੀਅਨ ਸਟੇਸ਼ਨ ਫਿਰ ਯੂਨੀਅਨ ਸਟੇਸ਼ਨ ਜਾ ਕੇ ਇੱਕ ਹੋਰ ਟ੍ਰੇਨ ਲੈਣੀ ਪੈਣੀ ਉਹ ਲੱਭਣੀ ਪੈਣੀ ਆ ਕੋਚ ਟਰਮੀਨਲ ਤੱਕ ਜਾਣ ਲਈ ਫਿਰ ਕੋਚ ਟਰਮੀਨਲ ਤੋਂ ਆਪਣੀ ਬੱਸ ਆ ਅਮੈਰੀਕਾ ਦੀ ਅਤੇ ਹੁਣ ਟ੍ਰੇਨ ਦੇ ਵਿੱਚ ਬੈਠੇ ਹਾਂ ਜਮ੍ਹਾਂ ਹੀ ਸਾਇਲੈਂਟ ਟ੍ਰੇਨ ਆ ਮਤਲਬ ਹੈ ਨਾ ਅਰਾਈਵਡ ਦਾ ਯੂਨੀਅਨ ਸਟੇਸ਼ਨ ਅਤੇ ਇੱਥੋਂ ਹੁਣ ਅਸੀਂ ਆਪਣੀ ਟ੍ਰੇਨ ਅੱਗੇ ਦੀ ਲੱਭਣੀ ਆ ਕਿ ਕਿੱਥੋਂ ਸਾਨੂੰ ਟ੍ਰੇਨ ਮਿਲਦੀ ਆ ਆਪਣੀ 1 ਨੰਬਰ ਟ੍ਰੇਨ ਲੈਣੀ ਆ ਉਹ ਦੇਖਦੇ ਹਾਂ ਹੁਣ ਕਿੱਥੇ ਆਉਂਦੀ ਆ ਟੂ ਗੋ ਮੈਨੂੰ ਕੁਛ ਨਹੀਂ ਪਤਾ ਇੱਥੋਂ ਕਿੱਥੇ ਕਿੱਧਰ ਨੂੰ ਜਾਣਾ ਆ ਇੱਥੋਂ ਰਸਤਾ ਸਾਨੂੰ ਲੱਭਣਾ ਪੈਣਾ ਜਾ ਕੇ ਕਿਤੋਂ ਹੁਣ ਮੈਂ ਜਿਹੜਾ ਪਹਿਲਾਂ ਰਸਤਾ ਲੱਭ ਲਵਾਂ ਫਿਰ ਵਲੋਗ ਸ਼ੁਰੂ ਕਰਦਾ ਹਾਂ ਹੋਰ ਮੈਂ ਇੱਥੇ ਭੱਜ ਜਾਵਾਂ ਅਤੇ ਉੱਥੇ ਮੇਰੀ ਬੱਸ ਨਿਕਲ ਜਾਵੇ ਆਮ
ਆ ਟੋਰਾਂਟੋ ਤੋਂ ਘੰਟੇ ਦੀ ਦੂਰੀ ਤੇ ਹੀ ਆ ਪਰ ਜਦੋਂ ਟੋਰਾਂਟੋ ਆ ਜਾਣਾ ਇਦਾਂ ਲੱਗਦਾ ਪਤਾ ਨਹੀਂ ਕਿਹੜੇ ਬਗਾਨੇ ਸ਼ਹਿਰ 'ਚ ਆ ਗਏ ਪੁੱਛ ਪੁੱਛ ਕੇ ਸਾਰੇ ਪਾਸੇ ਜਾਣਾ ਪੈਂਦਾ ਕੋਈ ਰਸਤਾ ਨਹੀਂ ਪਤਾ ਦੋ ਤਿੰਨ ਜਾਣਿਆਂ ਨੂੰ ਪੁੱਛ ਕੇ ਮਿਕਸ ਤੱਕ ਪਹੁੰਚਿਆ ਸਮਝ ਨਹੀਂ ਆਉਂਦਾ ਟ੍ਰੇਨ ਲੈਣ ਦਾ ਫਾਇਦਾ ਕੀ ਹੁੰਦਾ ਇੱਥੇ ਜੇ ਇਹਨਾਂ ਨੇ ਇੰਨੀਆਂ ਪੌੜੀਆਂ ਹੀ ਸਭ ਤੋਂ ਚੜ੍ਹਵਾ ਲਈ ਹੁਣ ਅਸੀਂ ਬਾਹਰ ਆ ਗਏ ਹਾਂ ਆਹ ਦੇਖਦਾ ਹੁੰਦਾ ਸਾਨੂੰ ਬਿਲਡਿੰਗ ਯਾਦ ਦਿਲਾਤੀ ਇਹਨਾਂ ਨੇ ਤਾਂ ਉਬਰ 'ਚ ਆਉਂਦਾ ਹੁੰਦਾ ਸੀ ਜਦੋਂ ਟੋਰਾਂਟੋ ਦੇ ਵਿੱਚ ਅਤੇ ਹੁਣ ਇੱਥੋਂ ਤੁਰ ਕੇ ਜਾਣਾ ਕੋਚ ਟਰਮੀਨਲ ਤੱਕ ਬਸ 5 ਮਿੰਟ ਦੀ ਵੋਕ ਆ 5 ਮਿੰਟ ਵੋਕ ਕਰਨੀ ਪੈਣੀ ਆ ਅਤੇ ਫਿਰ ਅਸੀਂ ਪਹੁੰਚ ਜਾਣਾ ਜਿੱਥੋਂ ਸਾਨੂੰ ਮਿਲਣੀ ਆ ਬੱਸ ਸਫ਼ਰ ਸਾਰਾ 12 ਘੰਟੇ ਆ ਉਦੋਂ ਮੇਰਾ ਤਾਂ 15 ਘੰਟਾ ਤਾਂ 15 ਘੰਟਿਆਂ ਦਾ ਬਣ ਗਿਆ 3 ਘੰਟੇ ਤਾਂ ਮੈਨੂੰ ਬੱਸ ਤੱਕ ਪਹੁੰਚਣ ਨੂੰ ਹੀ ਲੱਗ ਗਿਆ ਹਾਲੇ ਬੱਸ ਦੇ ਵਿੱਚ 12 ਘੰਟੇ ਲੱਗਣੇ ਆ ਨਿਊਯਾਰਕ ਸਿਟੀ ਪਹੁੰਚਣ ਨੂੰ ਹਾਲੇ ਤਾਂ ਸਫ਼ਰ ਸ਼ੁਰੂ ਵੀ ਨਹੀਂ ਹੋਇਆ ਮੈਂ ਰਾਤ ਸ਼ਾਮ ਦਾ 9 ਵਜੇ ਦਾ ਨਿਕਲਿਆ ਪਿਆ ਕੱਲ੍ਹ ਸਵੇਰੇ 12 ਵਜੇ ਪਹੁੰਚਣਾ ਉੱਥੇ ਨਿਊਯਾਰਕ ਸਿਟੀ ਦੁਪਹਿਰੇ ਬਾਹਲਾ ਹੀ ਲੰਬਾ ਸਫ਼ਰ ਆ ਇੰਡੀਆ ਤੋਂ ਵੱਧ ਲੰਬਾ ਪੈ ਗਿਆ ਮੈਨੂੰ ਤਾਂ ਨਿਊਯਾਰਕ ਦਾ ਸਫ਼ਰ ਪਰ ਦੇਖਦੇ ਹਾਂ ਚਲੋ ਐਕਸਪੀਰੀਅੰਸ ਹੀ ਹੁੰਦਾ ਆ ਕਿੱਦਾਂ ਦਾ ਆ ਕਰਦੇ ਹਾਂ ਚੈੱਕ ਬਸ ਪਹੁੰਚਣ ਲੱਗੇ ਅਸੀਂ ਇੱਥੇ ਹੁਣ ਲਾਈਨ 'ਚ ਖੜ੍ਹਾ ਹੋਇਆ ਹਾਂ ਬੱਸ ਦੀ ਇੱਥੇ ਹੁਣ ਅਤੇ ਬੱਸ ਹੋਰ ਥੋੜ੍ਹੀ ਕੁ ਦੇਰ ਨੂੰ ਇੱਥੇ ਬੱਸ ਆ ਜਾਣੀ ਆ ਹਾਲੇ 15 ਮਿੰਟ ਪਏ ਆ ਸਾਰੇ ਲਾਈਨ ਲਾ ਕੇ ਖੜ੍ਹ ਗਏ ਮੈਂ ਵੀ ਖੜ੍ਹ ਗਿਆ ਵਿੱਚ ਬਟ ਲਾਈਨ ਉਹ ਪਿੱਛੇ ਤੱਕ ਲੱਗ ਗਈ ਆ ਉਹ ਦੇਖੋ ਉਹ ਪਿੱਛੇ ਤੱਕ ਲਾਈਨ ਲੱਗ ਗਈ ਨਿਊਯਾਰਕ ਸਿਟੀ ਨਹੀਂ ਜਾਣੀ ਆ ਬਸ ਮੈਨੂੰ ਲੱਗਦਾ ਸੀਟ ਕਰਕੇ ਲੱਗੀ ਆ ਬਸ ਕਿ ਬਾਅਦ 'ਚ ਵਧੀਆ ਦੇਖਦੇ ਹਾਂ ਟਾਈਟ ਵੀ ਆ ਤਾਂ ਮਤਲਬ ਆਪਣੇ ਗੋਡੇ ਤਾਂ ਖੁੱਲ੍ਹੇ ਆ ਬਟ ਉੱਦਾਂ ਮਤਲਬ ਸਹੀ ਆ ਇੰਨੀ ਕੁਛ ਖਾਸ ਬੱਸ ਨਹੀਂ ਆ ਬਟ ਪ੍ਰਾਈਸ ਦੇ ਹਿਸਾਬ ਨਾਲ ਸਹੀ ਆ ਜਿੰਨਾ ਪ੍ਰਾਈਸ ਦਿੱਤਾ ਸੀ ਉਹਨਾਂ ਨੇ ਉਹਦੇ ਹਿਸਾਬ ਨਾਲ ਬਹੁਤ ਸੋਹਣੀ ਆ ਅਤੇ ਹੁਣ ਬਸ ਬਹਿ ਗਏ ਬੱਸ ਦੇ ਵਿੱਚ ਅਤੇ ਹਾਲੇ ਤੱਕ ਤਾਂ ਉਹ ਦੇਖੋ ਥੱਲੇ ਮੇਰੇ ਲਾਈਨ ਲੱਗੀ ਪਈ ਆ ਕਿੰਨੀ ਵੱਡੀ ਅਤੇ ਹਾਲੇ ਇਹਨਾਂ ਸਾਰਿਆਂ ਨੇ ਬਹਿਣਾ ਬੱਸ 'ਚ ਬੱਸ ਭਰ ਜਾਣੀ ਅਤੇ ਫਿਰ ਤੁਰਨੀ ਆ ਬੱਸ ਇਹਨਾਂ ਨੇ ਪਾਸਪੋਰਟ ਚੈੱਕ ਕੀਤਾ ਅਤੇ ਨਾਲੇ ਟਿਕਟ ਨੰਬਰ ਦੇਖਿਆ ਕਿ ਹੈਗਾ ਕਿ ਨਹੀਂ ਇਟਸ 2 o'clock ਅਤੇ ਅਸੀਂ ਬੋਰਡਰ 'ਤੇ ਪਹੁੰਚ ਚੁੱਕੇ ਹਾਂ ਅਤੇ ਹੁਣ ਸਾਡੀ ਇੱਥੇ ਇਮੀਗ੍ਰੇਸ਼ਨ ਹੁਣੇ ਬੋਰਡਰ ਸਿਕਿਉਰਿਟੀ ਕਲੀਅਰ ਹੋਈ ਆ ਹੁਣੇ ਬੋਰਡਰ 'ਤੇ ਮੈਂ ਤੋਂ ਜਸਟ ਬਸ ਪੁੱਛਿਆ ਕਿਹਦੇ ਕੋਲ ਜਾ ਰਹੇ ਹੋ ਮੇਰਾ ਪਾਸਪੋਰਟ ਦੇਖਿਆ ਉਹਨੇ ਕਦੋਂ ਵਾਪਸ ਆਉਣਾ ਤੁਸੀਂ ਐਡਰੈਸ ਮੰਗਿਆ ਜਿਹਦੇ ਕੋਲ ਜਾ ਰਹੇ ਹੋ ਤੁਸੀਂ ਅਤੇ ਫਿਰ ਦੈਟਸ ਇਟ ਬਸ ਇੰਨੀ ਕੀ ਗੱਲ ਪੁੱਛੀ ਉਹਨੇ ਅਤੇ ਬੈਗ ਬਾਰੇ ਪੁੱਛਿਆ ਬੈਗ 'ਚ ਕੁਛ ਹੈਗਾ ਤਾਂ ਨਹੀਂ ਅਤੇ ਬਸ ਫਿਰ ਉਹਨੇ ਇੱਕ ਸਟੈਂਪ ਲੱਗਦੀ ਹੁੰਦੀ ਆ ਉਹਦੇ 'ਤੇ ਵੀਜ਼ੇ ਦੇ ਉੱਤੇ ਅਤੇ ਉਹ 6 ਅਮੈਰੀਕਨ ਡੋਲਰ ਦੀ ਹੁੰਦੀ ਆ ਕੁਛ 6 ਮਹੀਨੇ ਦੇ ਅੰਡਰ ਲਵਾਉਣੀ ਪੈਂਦੀ ਹੈ 6 ਮਹੀਨੇ ਦੇ ਅੰਡਰ ਨਹੀਂ ਲਵਾਉਂਦੇ ਫਿਰ ਦੁਬਾਰਾ ਤੋਂ ਫੇਲ ਲਵਾਉਣੀ ਪੈਂਦੀ ਆ ਅਤੇ ਫਿਰ ਉਹਦੇ 6 ਅਮੈਰੀਕਨ ਡੋਲਰ ਲੱਗੇ ਕ੍ਰੈਡਿਟ ਕਾਰਡ 'ਚ ਪੇ ਕੀਤੇ ਤੁਸੀਂ ਕੈਸ਼ ਵੀ ਦੇ ਸਕਦੇ ਹੋ ਪੌਣੇ ਛੇ ਵਜੇ ਬੱਸ ਰੋਕੀ ਸੀਗੀ ਇਹਨਾਂ ਨੇ ਪੂਰੇ 1/2 ਘੰਟੇ ਦੇ ਲਈ ਅਮੈਰੀਕਾ ਦੇ ਵਿੱਚ ਹੈਗੇ ਹਾਂ ਅਸੀਂ ਪਤਾ ਨਹੀਂ ਪਰ ਕਿਹੜੀ ਜਗ੍ਹਾ ਆ ਅਤੇ ਮੈਕੜੀ ਦੇ ਉੱਤੇ ਉਹ ਪਿੱਛੇ ਮੈਕੜੀ ਆ ਅੰਦਰ ਬਿਨਾਂ ਟਾਈਮ ਨਾਲ ਦਿਨ ਚੜ੍ਹ ਜਾਣਾ ਬਸ ਫਿਰ ਤੁਹਾਨੂੰ ਦਿਖਾਊਂਗਾ ਅਮੈਰੀਕਾ ਸਾਢੇ 9 ਹੋਏ ਆ ਅਤੇ ਇੱਕ ਹੋਰ ਸਟੋਪ ਲਿਆ ਇਹਨਾਂ ਨੇ 10 ਵਜੇ ਤੱਕ ਅਤੇ ਹੁਣ ਕੁਛ ਇੱਥੋਂ ਮਾਈਲਸ ਦੇ ਵਿੱਚ ਲਿਖ ਕੇ ਆ ਰਿਹਾ ਡਿਸਟੈਂਸ ਵੀ ਇੱਥੇ ਇਸ ਲਈ ਇੰਨਾ ਕੁਛ ਅੰਦਾਜ਼ਾ ਲਾ ਨਹੀਂ ਸਕਦੇ ਕਿਉਂਕਿ ਸਾਨੂੰ ਤਾਂ ਕਿਲੋਮੀਟਰ ਦਾ ਪਤਾ ਨਾ ਹੋਰ ਮੈਂ ਗੈਸ ਦੇ ਪ੍ਰਾਈਸਿਸ ਦੇਖੇ ਗੈਸ ਦੇ ਪ੍ਰਾਈਸਿਸ ਇੱਥੇ ਗੈਲਨਸ ਦੇ ਵਿੱਚ ਲਿਖ ਕੇ ਆਉਂਦੇ ਆ ਹਾਲੇ
10 ਵਜਣ ਵਾਲੇ ਆ ਤੇ 2 ਘੰਟੇ ਹੋਰ ਲੱਗਣੇ 12 ਵਜੇ ਦਾ ਟਾਈਮ ਦੱਸਿਆ ਹੋਇਆ ਇਹਨਾਂ ਨੇ ਕਿ 12 ਵਜੇ ਪਹੁੰਚਣਾ ਤੇ 2 ਘੰਟੇ ਲੱਗਣੇ ਹੋਰ ਤੇ ਬੱਸ ਵੀ ਆਪਣਾ 12 ਘੰਟੇ ਦਾ ਸਫ਼ਰ ਪੂਰਾ ਹੋ ਜਾਣਾ 10 ਘੰਟੇ ਹੋ ਗਏ ਲਗਾਤਾਰ ਬੱਸ 'ਚ ਬੈਠਿਆਂ ਨੂੰ ਨਿਊਯਾਰਕ ਦੇ ਵਿੱਚ ਤਾਂ ਅਸੀਂ ਆਲਰੇਡੀ ਹੈਗੇ ਹਾਂ ਬਟ ਇੱਥੋਂ ਸਿਟੀ ਤੱਕ ਪਹੁੰਚਣ ਨੂੰ 2 ਘੰਟੇ ਹੋਰ ਲੱਗਣੇ ਆ ਕਾਰਡ ਮੇਰਾ ਵਾਲਟ ਨਹੀਂ ਲੈ ਕੇ ਆਇਆ ਮੈਂ ਉਹਦਾ ਵੀ ਇੱਕ ਚੱਕਰ ਆ ਤੇ ਮੇਰੇ ਜਿਸ ਐਪਲ ਪੇ ਚੱਲ ਰਹੀ ਆ ਜੋ ਮੇਰੇ ਫੋਨ ਦੇ ਵਿੱਚ ਆ ਕਾਰਡ ਹੈ ਬਟ ਉਹ ਕਿਤੇ ਕਿਤੇ ਐਕਸੈਪਟ ਹੁੰਦੀ ਆ ਹੁਣ ਜਿੱਦਾਂ ਮੈਂ ਅੰਦਰ ਗਿਆ ਸੀ ਉੱਥੇ ਮੈਂ ਉੱਥੇ ਆਪਣਾ ਕਾਰਡ ਟੈਪ ਕੀਤਾ ਮੈਂ ਕੁਝ ਲੈਣਾ ਸੀ ਖਾਣ ਪੀਣ ਨੂੰ ਬਟ ਮੇਰਾ ਕਾਰਡ ਉੱਥੇ ਟੈਪ ਨਹੀਂ ਹੋਇਆ ਇਹਦੇ ਕਰਕੇ ਮੈਂ ਕੁਝ ਲੈ ਨਹੀਂ ਸਕਿਆ ਬਸ 8 ਮਿੰਟ ਰਹਿੰਦੇ ਆ 1 ਵਜਣ 'ਚ ਅਤੇ ਆਲਮੋਸਟ 1 ਵਜੇ ਪਹੁੰਚਾਇਆ ਇਹਨੇ ਅਤੇ 12 ਘੰਟੇ ਦੀ ਜਗ੍ਹਾ 'ਤੇ 13 ਘੰਟੇ ਲੱਗ ਗਏ ਅਤੇ 13 ਘੰਟੇ ਇਹ ਅਤੇ 3 ਘੰਟੇ ਪਹਿਲਾਂ ਇੱਥੇ ਤੱਕ ਆਉਣ ਦੇ ਲਈ ਬੱਸ ਤੱਕ ਆਉਣ ਲਈ ਅਤੇ ਆਲਮੋਸਟ 16 ਘੰਟੇ ਦਾ ਸਫ਼ਰ ਲੱਗ ਗਿਆ ਬੱਸ ਦੇ ਵਿੱਚ ਬਟ ਸਹੀ ਸੀਗਾ ਜੇ ਤੁਸੀਂ ਬੱਸ ਦਾ ਸਫ਼ਰ ਕਰ ਸਕਦੇ ਹੋ ਮੈਨੂੰ ਤਾਂ ਕੋਈ ਇਸ਼ੂ ਨਹੀਂ ਪ੍ਰੋਬਲਮ ਨਹੀਂ ਹੋਈ ਕਿਉਂਕਿ ਮੈਨੂੰ ਐਸ ਹੋ ਗਿਆ ਸੀ ਰਾਤੀ ਤਾਂ ਵਧੀਆ ਨੀਂਦ ਆ ਗਈ ਸੀ ਅਤੇ ਹੁਣ ਨਿਊਯਾਰਕ ਸਿਟੀ ਪਹੁੰਚ ਗਏ ਹਾਂ